ਚਲੋ ਜੀ, ਵੈਲਕਮ ਬੈਕ ਟੂ ਮਾਈ ਨਿਊ ਵਲੋਗ। ਅਤੇ ਵਲੋਗ ਦੀ ਸ਼ੁਰੂਆਤ ਕਰੀ ਸਵੇਰੇ ਸਵੇਰੇ, ਬਾਕੀ ਦੇਖਦੇ ਹਾਂ ਅੱਜ ਕੀ ਕਰਦੇ ਹਾਂ। ਪਹਿਲਾਂ ਤਾਂ ਪਨੀਰੀ ਦੇਖ ਕੇ ਨਾ, ਪਨੀਰੀ ਬਣਾ ਨਵੀਂ ਬੀਜਣ ਲੱਗੇ ਹੋਏ ਸੀਗੇ, ਉੱਥੇ ਚੱਲਦੇ ਹਾਂ। ਅਤੇ ਪਹਿਲਾਂ ਨਾ ਉਹ ਕੱਟ ਲਈਏ, ਇੱਕਦਮ ਬੂਟਾਂ ਵਾਲੇ ਦਾ ਬਹੁਤ ਜ਼ੋਰ ਹੋਇਆ ਪਿਆ, ਅਸਰ ਦਾ ਵਿੱਚ ਬੋਲਦੇ। ਸਮੇਂ ਸਿਰ ਪਹੁੰਚ ਕੇ ਕਹਿੰਦਾ ਬੂਟਾਂ ਪਾ ਦੇ, ਚੰਗਾ ਹੀ ਕਰਦੇ ਹਾਂ। ਸੂਰਜ ਪੂਰਾ ਘੈਟ ਆਉਂਦਾ ਉਦੋਂ, ਇਹਦਾ ਵੀ ਕੰਮ ਕਰਾਉਣਾ ਸੀ 570 ਦੇ ਮਗਰ ਅੱਡਾਂ ਦਾ। ਇਹ ਸਾਰਾ ਪੱਤਰਾ ਨਵਾਂ ਲਵਾਉਣਾ, ਡੈਂਟਿੰਗ ਵੈਂਟਿੰਗ ਨਾਲ ਗੱਲ ਕਰਕੇ ਆਇਆ, ਕਹਿੰਦਾ ਹਫ਼ਤਾ ਲੱਗੂ, ਹਫ਼ਤੇ ਬਾਅਦ ਆ ਜਾਓ। ਮੇਰੇ ਡਾਕਟਰ ਖੜ੍ਹਾ ਪਹਿਲਾਂ ਹੀ, ਉਹਨਾਂ ਕੋਲ ਇੱਕ ਡੈਂਟਿੰਗ ਵੈਂਟਿੰਗ ਸ਼ੋ ਸ਼ੂ ਬਿੰਗੀ ਹੋਈ ਉਹਦੀ, ਠੀਕ ਹੈ ਨਾ, ਹਫ਼ਤੇ ਬਾਅਦ ਪਤਾ ਕਰ ਲਏ ਵੀ ਕਰਾਉਣਾ। ਮੁਰਗੀ ਕੜੁੱਕ ਹੋ ਗਏ, ਉਹਦੇ ਬੱਚੇ ਦਿੱਤੇ ਨੇ ਮੁਰਗੀ ਨੇ, ਹਾਂ ਫਿਰ ਦਿੰਦੋ ਚੈੱਕ ਕਰੋ, ਛੋਟੇ ਛੋਟੇ ਜੇ ਕੂ 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 ਕਰੀ ਜੇ, ਹਜੇ ਅੰਡਿਆਂ 'ਤੇ ਬੈਠੀ ਆ ਜੀ। ਹੋਰ ਨਿਕਲ ਗਿਆ, ਦੋ ਦੋ ਵਜੇ ਨਿਕਲੇ ਆ ਜੀ। ਅੰਗਰੇਜ਼ ਰੱਖੇ ਨੇ ਕੁੱਤਾ ਕਾਤਾ ਨਜ਼ਰ ਖਾ ਜੇ ਇਹਨਾਂ ਨੂੰ। ਬਾਕੀ ਚੱਲਦੇ ਉੱਧਰ ਮਗਰ ਖੱਤੇ ਬੀਜਦੇ ਨੇ ਪਨੀਰੀ, ਮੋਟਰ ਚੱਲਦੀ ਆ, ਦੇ ਤਾ ਸਿੱਟਾ। ਇੱਕ ਉੱਧਰ ਪਹਿਲਾਂ ਬੀਜੀ, ਦੋ ਨਵੇਂ ਤਿੰਨ ਕਿਆਰੇ ਹੋਰ ਬੀਜੇ ਨੇ ਅੱਜ, ਇੱਦਾਂ ਇੱਕ ਕਿਆਰਾ ਰਹਿ ਜੂ। ਜੇ ਆ ਬਾਹਾਂ ਗਿੱਲਾ ਨਿਕਲਦਾ ਥਾਂ ਥੱਲੋਂ, ਬਾਹਲੀ ਗਿੱਲਾ। ਲੋ ਜੀ ਚੱਲਿਆ, 10 ਬੀਜਤੀ, 3 ਗਿਆਰੇ ਬੀਜਤੇ, 1 ਗਿਆਰਾ ਹੋਰ ਆ ਗਾਂਹ ਬੀਜੀ ਜਾਊਗਾ ਜੇ ਬਨਸਪਤੀ ਲਾਉਣੀ ਹੋਈ। ਅਤੇ ਦੇਖ ਲਓ ਕਿੰਨੀ ਕਣਕ ਗਿਰੀ ਹੋਈ ਆ, ਕਣਕ ਆ ਗੁੰਡਾ ਕੀ ਕਹਿ ਸਕਦੇ, ਕੀ ਇਹਨਾਂ ਫਿੱਟਰ ਫਿੱਟਰ ਮਾਰਿਆ। ਦੋ ਦਿਨ ਹੋ ਗਏ ਵੀਡੀਓ ਬਣਾਈ ਨਹੀਂ, ਮੈਂ ਪਹਿਲਾਂ ਨਹੀਂ ਅਪਲੋਡ ਕਰੀ ਹੋਈ ਸੀ, ਅੱਜ ਮੈਂ ਕਿਹਾ ਚੱਲ ਬਣਾ ਹੀ ਲੈਂਦੇ ਹਾਂ, ਪੂਰਾ ਹਰਾ ਘਰ ਹੋਵੇ। ਪਾਣੀ ਲੱਗਣ ਤੋਂ ਬਾਅਦ ਨਿਕਲਿਆ ਹੋਇਆ ਜੰਮ, ਸੁੱਕ ਜੂ, ਇਹਦਾ ਅੱਧੀ ਰੁੱਤ ਦੀ ਹੁੰਦੀ ਹੈ ਜਾ ਕੇ, ਇਹਦਾ ਸੁੱਕੀ ਜਾਣਾ। ਬਾਕੀ ਚੱਲਦੇ ਹਾਂ, ਨਵੇਂ ਬੱਚੇ ਚਿੜੀਆਂ ਬਹੁਤ ਆ ਰਹੇ ਜੀ, ਆ ਗਿਟਾਰ ਜੀ ਦੇ ਅਤੇ ਨਾ ਇਹ ਫੁਹਾਰੇ ਲਾਵਾਂਗੇ ਹੁਣ, ਕੱਲ੍ਹ ਨਵਾ ਤੇ ਸੀ, ਕੱਲ੍ਹ ਨੂੰ ਫਿਰ ਨਵਾ ਦਾਂਗੇ, ਫੁਹਾਰੇ ਲਾਵਾਂਗੇ ਇੱਥੇ, ਨਾ ਦੇਖਦੇ ਹਾਂ ਪਤਾ ਕਰਕੇ ਆਉਂਦੇ ਹਾਂ ਕਿੰਨੇ ਕਿ ਪੈਂਦੇ ਨੇ। 5 ਫੁਹਾਰੇ ਲਾ ਦਾਂਗੇ, 2 ਬਾਹਰ ਲਾ ਦਾਂਗੇ ਇਹਨਾਂ ਨੂੰ, ਛੋਟੇ ਬੱਚਿਆਂ ਨੂੰ। ਗਰਮੀ ਬਹੁਤ ਪੈਂਦੀ ਹੈ ਅਜੇ ਤਾਂ, ਹੁਣ ਵੀ ਦੇਖ ਲਓ 10 ਵਜੇ ਨੇ, ਤਾਪਮਾਨ ਬਹੁਤ ਵੱਧ ਗਿਆ, ਤਾਂ ਤਾਂ ਹਜੇ ਦਰੱਖਤ ਦੀ ਸਮੇਂ ਬੈਠੇ ਰਹਿੰਦੇ ਨੇ, ਉਹਨਾਂ ਦਾ ਔਖਾ ਹੋਇਆ, ਪੱਖਾ ਵੀ ਗਰਮ ਹਵਾ ਮਾਰਦਾ ਫਿਰ। ਬਾਕੀ ਰੋਟੀ ਖਾਂਦੇ ਹਾਂ, ਬਾਕੀ ਕਰਦੇ ਹਾਂ ਫਿਰ ਅੱਗੇ ਕੰਟੀਨਿਊ। ਲਓ ਜੀ, ਜਿਹੜੀਆਂ ਫਾਈਲਾਂ ਕਰੀਆਂ ਸੀ ਆਪਾਂ ਨੇ, ਹੁਣ ਬਣਾਈਆਂ ਨੇ, ਉਹ ਆਪਾਂ ਨੇ ਐਕਸਪੋਰਟ 'ਤੇ ਲਾ ਕੇ ਐਡਿਟ ਵਾਸਤੇ ਸੇਵ ਕਰ ਲਈਆਂ, ਜਦੋਂ ਇਕੱਠੀਆਂ ਕਰਦੇ ਨਾ ਫਿਰ ਬਹੁਤ ਔਖਾ ਹੁੰਦਾ। ਬਾਕੀ ਰੋਟੀ ਰੋਟੀ ਖਾਂਦੇ, ਰੋਟੀ ਬਣਦੀ ਆ ਜੇ ਖਾਂਦੇ, ਬਾਕੀ ਐਕਸਪੋਰਟ ਲਈ ਤਾਂ ਮੈਂ ਲਾਤੀਆਂ, ਸੇਵ ਹੋ ਜਾਣਗੀਆਂ,
ਜਦੋਂ ਇਕੱਠੀਆਂ ਆਪਾਂ 60 ਹੈਂਡ ਹੋ ਜਾਂਦੀਆਂ ਨੇ ਆਪਣੀਆਂ ਫਾਈਲਾਂ, ਫਿਰ ਸੇਵ ਕਰਨੀਆਂ ਬਹੁਤ ਔਖੀਆਂ ਨੇ। ਲੋ ਵੀ ਰੋਟੀ ਪਾਉਂਦੇ ਆ, ਰੋਟੀ ਦਾ ਪੈਣਾ ਹਾਂ ਕਟਾਈ ਵੀ ਦਾਲ ਵਾਲੀ ਰੋਟੀ ਆ, ਦਹੀਂ ਪਾਉਂਦਾ। ਦਹੀਂ ਇਹ ਕੀ ਪਈ ਆ? ਚਿਲਡ ਚਿਲਡ ਮਾਨੀ ਚਿਲਡ ਕੌਲੀ 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 ਚਮਚਾ ਡਗੋਆ ਬੁਲਟ ਛੇੜ ਮੈਨੇ ਛੇੜ ਛਪੋ ਜੀ। ਰੋਟੀ ਆਉਣੀ ਤਿਆਰ ਆ, ਨਾਲ ਚਟਣੀ ਪਾਣੀ ਆਪਾਂ ਧਰਦਾ ਉੱਥੇ ਬਹਿ ਕੇ ਖਾਂਦੇ। ਰੋਟੀ ਦਾ ਗੁਰੂ ਆ ਵੱਖਰਾ ਹੀ ਨਜ਼ਾਰਾ। ਹੋਰ ਚੀਜ਼ਾਂ ਵੀ ਖਾ ਲਓ, ਰੋਟੀ ਜਿਹੜੀ ਰੋਟੀ ਹੈ ਉਹ ਰੋਟੀ ਹੈ। ਲਓ ਇਹ ਦੁਪਹਿਰ ਦਾ 1 ਵੱਜ ਗਿਆ, ਆਪਾਂ ਵੇਹਣ ਲੱਗਿਆ ਜ਼ਰੂਰ ਉਸਦਾ। ਕੱਲ੍ਹ ਸਰ ਧਾਈ ਪੀਤੀ, ਬੜਾ ਠੰਡਾ ਕੰਮ ਸੀ ਬਾਈ, ਖੁੱਪ ਉੱਥੇ ਮਸਲ ਜੋਨ ਜੰਮੂ ਮੂਹਰੇ ਉੱਥੇ ਪੀਤੀ ਸੀਗੀ, ਬੂਟੇ ਦੀ ਲਾਈ ਸੀ। ਉਹ ਅੱਗ ਵਰ ਰਹੀ ਹੈ ਫੁੱਲ, 42 ਡਿਗਰੀ ਤਾਪਮਾਨ ਹੋ ਗਿਆ, ਹਜੇ 1 ਵੱਜਿਆ, 46-45 46 ਜਾਂਦਾ ਤਾਪਮਾਨ ਰੋਜ਼। ਕੱਲ੍ਹ ਦਾ ਰਾਤ ਬੱਦਲ ਲਸਕਦਾ ਜੀ, ਮੀਂਹ ਪਿਆ ਨਹੀਂ, ਬੱਦਲ ਜ਼ਰੂਰ ਲਸਕਦਾ। ਇਹਨਾਂ ਦਾ ਹਾਲ ਦੇਖ ਲਓ ਯਾਰ, ਫਵਾਰਿਆਂ ਦਾ ਪੁੱਛਿਆ, ਗੋਲਡਨ 1300 ਦੀ ਮੋਟਰ ਆ, ਕਹਿੰਦੇ ਚਲੋ ਜੀ ਗਰਮੀ ਕੱਟ ਲੈਂਦੇ ਨੇ, ਇਹਨਾਂ ਨੂੰ ਹੁੰਦਾ ਨਹੀਂ ਕੁਛ, ਇਹ ਗਰਮੀ ਝੱਲਦੇ ਨੇ। ਡਰਦਾ ਨਵੇਂ ਬੱਚੇ ਨੇ, ਹਾਂ ਕੁਛ ਨਵਾਂ, 2-3 ਨਵੇਂ ਨੇ ਕੁਛ ਨਵਾਂ, ਹੁਣ ਹੋ ਗਏ 7-8, ਪਹਿਲਾਂ ਕੱਟ ਗਏ ਸੀਗੇ। ਦੁਪਹਿਰ ਦਾ ਸਮੇਂ ਦਾ ਬੜਾ ਬੁਰਾ ਹਾਲ ਆ, ਏਸੀਆਂ ਉਸੀਆਂ ਕਰਕੇ ਦਰਖਤ ਬਹੁਤ ਘੱਟੇ ਗਏ, ਦਰਖਤ ਤਾਂ ਖੱਤਿਆਂ 'ਚ ਰਹੇ ਹੀ ਬਹੁਤ ਘੱਟ ਗਏ, ਪਹਿਲਾਂ ਕਿੰਨੇ ਦਰਖਤ ਦੇਖਦੇ ਹੁੰਦੇ ਛੋਟੇ ਹੁੰਦੇ। ਲਾਵਾਂਗੇ ਹੁਣ 10-15 ਬੂਟੇ ਲਾਉਣੇ ਆ, ਲਿਆ ਕਿੰਨੇ ਮੰਡੇ ਕਡੋਕ ਲਿਆ ਕੇ ਲਾਵਾਂਗੇ, ਮੰਡੀਓ ਮਿਲਦਾ, ਜਿਹੜੇ ਸਰਕਾਰੀ ਦਰਖਤ ਨੇ ਮੰਡੀਓ ਮੁੰਡੀਓ ਵੱਧ ਮਿਲਦੇ ਨੇ, ਉੱਥੋਂ ਲਿਆਵਾਂਗੇ। ਬਾਕੀ ਤਾਂ ਸਾਰੇ ਬਾਹਰਲੇ ਦਰਖਤ ਮਿਲਦੇ ਨੇ ਦੇਖਣ ਨੂੰ। ਆਹ ਪਲਕਣ ਲਾਤੀ ਸੀ, ਇੱਕ ਉਹ ਵੀ ਪਲਕਣ ਲਾਈ ਸੀ, ਉਹ ਹੋਈ ਨਹੀਂ ਹਜੇ, ਹੁਣ ਭਾਵੇਂ ਹਜੇ ਸਾਉਣ 'ਚ ਜਾ ਕੇ ਮੂਹਰੇ ਹੋਊਗੀ ਜੇ ਹੋਈ। ਆਹ ਤੂਤ ਤਾਂ ਬਹੁਤ ਵਧੀਆ ਸਾਂ ਦੇਣ ਲੱਗ ਗਏ, ਇੱਕ ਇਹ ਤੂਤ ਦੇ ਨਾਲ ਇੱਥੇ ਪਲਕਣ ਸੀ ਉਹ ਖਰਾਬ ਹੋ ਗਈ, ਜੜ ਨੂੰ ਪਤਾ ਨਹੀਂ ਸਿਉਂਕ ਲੱਗ ਗਈ, ਉੱਥੇ ਖੜੀ ਉਹ ਪਈ ਆ, ਉਹਦਾ ਢਾਂਚਾ ਉਹਦਾ ਉਹ ਪਿਆ, ਉਹਨੂੰ ਸਿਉਂਕ ਲੱਗ ਗਈ, 2 ਤੂਤ ਖੜੇ ਨੇ ਆਪਣੇ ਹੁਣ। ਇਹ ਵੀ ਕੀ ਕਰਨਾ, ਰੋਜ਼ ਪਾਣੀ ਪਾਈਦਾ ਵਿਚਾਰੇ, ਫਿਰ ਮੁਰਝਾ ਜਾਂਦੇ ਨੇ, ਹੋਰ ਹੀ ਮੁਰਝਾਏ ਜੇ ਖੜੇ ਨੇ। ਆਹ ਸੀ ਪਲਕਣ ਦਾ ਤੇ ਇਕੱਠਾ, ਉਹ ਜਾਮਣ ਦੇਖ ਲਓ ਉਹ ਵੀ ਮੁਰਝਾਈ ਪਈ ਆ, ਪਤਾ ਨਹੀਂ ਕੀ ਚੱਕਰ ਆ, ਰੋਜ਼ ਡੇਲੀ ਸੁਬਹਾ ਸ਼ਾਮ ਪਾਣੀ ਪਾਈ ਦੇ ਨਾ। ਬਾਰੀ ਕਬੂਤਰਾਂ ਨੇ ਇਹ 'ਚ ਪਾਣੀ ਰੱਖਿਆ ਹੁੰਦਾ, ਪਾਣੀ ਧਰਦੀ ਹੈ ਜੇ ਪੀ ਲੈਂਦੇ ਨੇ ਇਹ 'ਚੋਂ, ਫਿਰ ਕੰਧ ਤਾਂ ਰੱਖਦੀ ਤਾਂ ਸ਼ਾਮੇ ਜੇ ਕਰਕੇ, ਜਿੱਥੇ ਤੂਤ ਦੀ ਛਾਂ ਆਉਂਦੀ ਹੈ ਇਹਨੂੰ ਭਰਦੀ ਹੈ, ਗਰਮਾ ਲਾਊਗਾ ਠੰਡਾ ਹੋ ਗਿਆ।
ਆ ਫਿਰਦੇ ਨੇ ਕਬੂਤਰ ਉੱਡਦੇ, ਇਹ ਪੀ ਪੂ ਲੈਂਦੇ ਨੇ ਪਾਣੀ, ਫਿਰ ਉਹਨਾਂ ਨਾਲ ਕੁੱਜਾ ਬਾਹਰ ਰੱਖਣਦੇ ਆ, ਹੁਣ ਅੰਦਰ ਪਿਆ ਹੁੰਦਾ ਉਹਨਾਂ ਨਾਲ ਵੀ, ਇਹ ਤਾਂ ਅੱਗੇ ਉਹ ਚੁੱਕ ਹੀ ਦਿੰਦੇ ਸੀ ਕਰਦੇ ਲਾਉਂਦੇ, ਮੈਨੂੰ ਉੱਥੇ ਛਾਵੇਂ ਧਰਦੇ ਨੇ ਦਰਖਤ ਦੇ ਅਮਰੂਦ ਕੋਲ ਧਰਦੇ ਨੇ, ਅਮਰੂਦ ਵੀ ਲੱਗਿਆ ਇਹਨੂੰ ਵੀ ਵਧੀਆ ਲੱਗਦੇ ਨੇ ਅਮਰੂਦ, ਇੱਥੋਂ ਪੀ ਪੂ ਲੈਂਦੇ ਨੇ ਇਹ, ਹੁਣ ਤਾਂ ਚਲੋ ਪੱਤੇ ਪੁੱਤੇ ਝੜ ਗਏ ਇਹਦੇ ਵੀ, ਵੱਧ ਤੋਂ ਵੱਧ ਦਰਖਤ ਲਾਉਣੇ ਆ, ਲਿਆਵਾਂਗੇ ਪੱਕਾ ਹੁਣ ਦਰਖਤ 10-15 ਬੂਟੇ ਤਾਂ ਲਾਈਏ। ਚਲੋ ਜੀ ਸਵੇਰ ਦੇ ਕਦੇ ਦੁਪਹਿਰ ਦੇ 4:45 ਹੋ ਗਏ, ਸੰਨੀ ਕਰਦੀ ਹੈ ਤਾਪਮਾਨ, ਤੁਹਾਨੂੰ ਹੁਣ ਹਵਾ 44 ਦੇ ਬਸ ਹੋਊ, 44-45 ਤਾਂ ਮੈਕਸੀਮਮ ਜਾਊਗਾ, 45 ਤੱਕ ਜਾਊ ਅੱਜ ਇਹ, ਕਿਆ ਵਜੇ ਥਾਈ 4 ਵਜੇ ਥਾਈ, 4 ਵਜੇ ਨੂੰ 45 ਹੋਜੂ, ਮੈਂ ਦੇਖਾਂ ਬਾਕੀ ਸੰਨੀ ਕਰਦੇ ਹਾਂ, ਸੰਨੀ ਕਰਨੀ ਪੈਂਦੀ, ਹਰਾ ਮੁੱਕਿਆ ਹੋਇਆ ਹੁਣ ਬੀਜਿਆ ਹੈ ਨਾ ਛੋਟਾ ਛੋਟਾ, ਸਵੇਰ ਤਾਂ ਸਰ ਜਾਣਾ, ਸਵੇਰ ਵਾਸਤੇ ਥੋੜ੍ਹਾ ਜਿਹਾ ਵੱਧ ਲਿਆਉਂਦਾ, ਬਾਕੀ ਆ ਵਜੇ ਤੂੜੀ ਕਰਦੇ ਹਾਂ ਸੰਨੀ, ਸਵੇਰ ਜਾਣਾ ਮੰਡੀ ਨੂੰ ਕੰਮ ਜਾ ਕੇ। ਲੋ ਜੀ ਪਾਣੀ ਭਰਦਾ ਥੰਨੀ ਦਾ, ਸਾਰੇ ਦਾ ਟੋਕਰੇ ਦਾ ਛੱਡਤੇ ਤੂੜੀ ਦੇ, ਕੁੰਡ 'ਚ ਪਾਣੀ ਭਰ ਲਈ, ਖਾਲੀ ਕਰਤੀ ਮੈਂ ਤਾਂ ਸੁੱਕ ਜੂਗੀ, ਇੱਥੇ ਖੜਾ ਰਹੇਗਾ ਹੱਥ ਨਾਲ ਕੱਢ ਦੇਣਾ ਸੀ ਪਾਣੀ। ਚਲੋ ਕੋਈ ਨਾ, ਹਾਂ ਬਾਈ ਮੋਟਰ ਚਲਾਈ ਭਰ ਚੂ, ਦੋ ਦਿਨ ਬਾਲਟੀ ਭਰ ਲਈਏ ਫਿਰ ਉਹਦਾ ਨਾ ਸੁੱਕ ਜਾਂਦੀ ਹੋ ਜਾਂਦੀ। ਲਓ ਜੀ ਚੱਲੇ ਹਾਂ, ਪਹਿਲਾਂ ਘਰੋਂ ਗੱਡੀ ਚੱਕ ਲਿਆ, ਲਓ ਜੀ ਗੱਡੀ ਲੈ ਕੇ ਤਾਂ ਚੱਲੇ ਸੀ ਪਰ ਕੈਂਸਲ ਹੋ ਗਿਆ, ਦੇਖਦੇ ਹਾਂ ਕਹਿੰਦਾ ਮਨਦੀਪ ਵੀਰ ਲੈ ਆਊਗਾ, ਉੱਥੇ ਫੋਨ ਆ ਗਿਆ ਪਿੰਡ ਪਹੁੰਚ ਗਿਆ, ਕਹਿੰਦਾ ਮੈਂ ਜਾਇਆ ਹੁਣ ਕੰਮ ਸੀਗਾ ਵੀਰੇ ਨੂੰ, ਸਮਾਨ ਜਿਹਾ ਉੜ ਕੇ ਲਿਆਉਣਾ ਉਹਨੇ ਵੀ ਕੰਮ ਜਾਣਾ, ਮੈਂ ਕਿਹਾ ਚੱਲ ਤੇ ਜਾਏ ਉਹ, ਦੇਖਦੇ ਜੇ ਨਾਲ ਗਿਆ ਠੀਕ ਆ ਨਹੀਂ ਤਾਂ ਫਿਰ ਆਪ ਹੀ ਜਾਏ ਉਹ। ਲੋ ਜੀ ਆਪਾਂ ਤਾਂ ਗਏ ਨਹੀਂ, ਫਿਰ ਮਨਦੀਪ ਵੀਰ ਚਲੇ ਗਿਆ ਸੀਗਾ, ਜਾਨੂੰ ਆ ਗਿਆ ਜੀ ਜਾਣਾ ਤਾਂ ਮਨਦੀਪ ਵੀਰ ਨਹੀਂ ਸੀ, ਅਤੇ ਆਪਾਂ ਪਾਣੀ ਪੂਣੀ ਪਿਆਉਂਦੇ ਬੈਠੀ ਸੀ ਬੈੜੀਆਂ, ਪਾਣੀ ਪਿਆ ਦੇਣਾ ਫਿਰ ਧਾਰਾਂ ਕੱਢਣ ਦਾ ਟਾਈਮ ਆਉਂਦਾ, 5:30 ਹੋ ਗਏ, ਘੰਟਾ ਪਹਿਲਾਂ ਹੀ ਪਿਆ ਚੰਗਾ, ਅਤੇ ਉਹਦੇ ਨਾਲ ਐਂ ਆ ਇੱਕ ਫੜ 'ਚ ਪੱਥਰ ਪੈ ਜਾਂਦਾ, ਤੁਰੰਤ ਪਾਣੀ ਪਿਆ ਹੋਵੇ ਨਾ ਫਿਰ ਫਰਕ ਰਹਿੰਦਾ, ਹੁਣ ਪਿਆ ਦਈਏ ਪਾਣੀ, ਟਿੱਗੀ ਭਰ ਗਈ ਉਹਦੀ ਟਿੱਗੀ, ਪੀ ਜਾਂਦੇ ਨੇ ਖਾਸਾ ਖਾਸਾ ਪੀ ਜਾਂਦੇ ਨੇ, ਹੁਣ ਬਸ ਦੇਖਦੇ ਹਾਂ ਜਾਵਾਂਗੇ ਹੇਮਕੁੰਡ ਸਾਹਿਬ ਜਾਣ ਦਾ ਵੀ
ਬਣਾਉਣੇ ਆ। ਜੇ ਤਾਂ ਡੇਟ ਸਰਕਾਰ ਨੇ ਗਾਂਹ ਕਰਤੀ ਫਿਰ ਤਾਂ ਹੁਣੀ ਚੱਲਾਂਗਾ ਜੂਨ ਦੇ ਮਹੀਨੇ ਮਹੀਨੇ 'ਚ ਝੋਨੇ ਦੀ, ਜੇ ਨਾ ਕਰੀ ਫਿਰ ਜੁਲਾਈ 'ਚ ਦੇਖਦੇ ਹਾਂ। ਜੁਲਾਈ 'ਚ ਯਾਰ ਮੌਨਸੂਨ ਪਾਉਣਾ ਆ ਜਾਂਦੇ ਨੇ, ਅੰਦਰ ਮੀਂਹ ਵਾਲੇ ਭੈਣ ਆ ਜਾਂਦੇ ਨੇ, ਸਹੀ ਟਾਈਮ ਤਾਂ ਆਹੀ ਹੈ ਜਾਂ ਅਗਸਤ ਸਤੰਬਰ ਅਕਤੂਬਰ 'ਚ ਬੰਦ ਹੋ ਜਾਂਦੇ ਨੇ ਕਬਾੜ। ਇਹ ਚੱਕਰ ਆ, ਅਕਤੂਬਰ 'ਚ ਬੰਦ ਹੋ ਜਾਂਦੇ ਨੇ, ਫਿਰ ਸਤੰਬਰ ਅਤੇ ਅਗਸਤ ਸਹੀ ਹੈ, ਜੁਲਾਈ ਜੁਲਾਈ ਦਾ ਮਹੀਨਾ ਨਹੀਂ। ਬਾਕੀ ਦੇਖਦੇ ਕਿਵੇਂ ਬਣਦਾ, ਅਤੇ ਇੱਥੇ ਹੀ ਕਰਦੇ ਹਾਂ ਵੀਡੀਓ ਦਾ ਐਂਡ। ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਇਹਨੂੰ ਬੰਨਦੇ ਅੰਦਰ ਧਾਰਾਂ ਕੱਢਣ ਵਾਸਤੇ, ਦੂਜੀਆਂ ਨੂੰ ਬਾਹਰ ਹੀ ਰੱਖਦੇ ਹਾਂ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ।